ਖਬਰਸਾਰ ਪ੍ਰੋਗਰਾਮ ਵਿੱਚ ਅੱਜ ਦੀ ਸਾਡੀ ਗੱਲਬਾਤ ਹੈਗੀ ਇੱਕ ਵੱਖਰੇ ਇਸ਼ੂ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਇੱਕ ਧਾਰਮਿਕ ਮੁੱਦੇ ਉੱਤੇ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਕਈ ਕਿਸਮ ਦੇ ਵਿਵਾਦ ਉੱਠਦੇ ਰਹੇ ਨੇ। ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮੁੱਦੇ ਉੱਤੇ ਆਪਣੀ ਜਿਹੜੀ ਰਾਏ ਹੈਗੀ ਤੇ ਆਪਣਾ ਜਿਹੜਾ ਵਿਚਾਰ ਹੈ ਉਹ ਸਪਸ਼ਟ ਕਰਤਾ ਗਿਆ ਹੈ। ਸਾਡੀ ਮੁਰਾਦ ਹੈਗੀ ਹੈ ਦਸ਼ਮ ਗ੍ਰੰਥ ਦੇ ਨਾਲ, ਜਿਸ ਨੂੰ ਲੈ ਕੇ ਤਮਾਮ ਕਿਸਮ ਦੇ ਸਰਕਲਸ ਦੇ ਵਿੱਚ ਵਿਵਾਦ ਸਮੇਂ-ਸਮੇਂ ਤੇ ਉੱਠਦੇ ਰਹੇ ਨੇ। ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ, ਉਹ ਕਹਿੰਦੇ ਨੇ ਕਿ ਹਮੇਸ਼ਾ ਅਕਸਰ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜਾਂਦੀ ਹੈ, ਜੋ ਕਿ ਵਾਜਬ ਨਹੀਂ ਹੈ। ਅਤੇ ਇਸ ਦੇ ਨਾਲ ਹੀ ਇਸ ਇਹਨਾਂ ਲਿਖਤਾਂ ਉੱਤੇ ਕਈ ਕਿਸਮ ਦੇ ਇਤਰਾਜ਼ ਜਤਾਏ ਗਏ ਨੇ। ਉਹ ਲਿਖਤਾਂ ਜੋ ਕਿ ਦਸ਼ਮ ਗ੍ਰੰਥ ਵਿੱਚ ਸ਼ਾਮਿਲ ਨੇ, ਕਹਿਣਾ ਹੈ ਵੀ ਕਿਸੇ ਕਿਸਮ ਦੀ ਓਬਜੈਕਸ਼ਨੇਬਲ ਰੈਫਰੈਂਸਿਸ ਵਿੱਚ ਨੇ, ਜਿਹਨਾਂ ਨੂੰ ਕਿ ਐਕਸੈਪਟ ਨਹੀਂ ਕੀਤਾ ਜਾ ਸਕਦਾ। ਅਤੇ ਇਸ ਦੇ ਲਿਖਾਰੀ ਜਾਂ ਇਸ ਦੇ ਲੇਖਕ ਦੇ ਉੱਤੇ ਵੀ ਕਈ ਕਿਸਮ ਦੇ ਸਵਾਲ ਖੜ੍ਹੇ ਹੁੰਦੇ ਰਹੇ ਨੇ। ਅੱਜ ਅਸੀਂ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਕਾਫੀ ਖਾਸ ਪੈਨਲ ਇਸ ਵਕਤ ਮੌਜੂਦ ਹੈਗਾ। ਸਭ ਤੋਂ ਪਹਿਲਾਂ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਹੈਗੇ ਨੇ, ਜੋ ਕਿ ਐਡੀਟਰ ਸੰਤ ਸਿਪਾਹੀ ਨੇ। ਕਾਫੀ ਵਾਰ ਤੁਸੀਂ ਪੈਨਲ ਡਿਸਕਸ਼ਨ ਵਿੱਚ ਇਹਨਾਂ ਨੂੰ ਦੇਖ ਚੁੱਕੇ ਹੋ, ਰਾਜਨੀਤੀ ਮਾਫ ਕਰਨਾ ਧਾਰਮਿਕ ਮਾਮਲਿਆਂ ਦੇ ਜਾਣਕਾਰ ਨੇ। ਦੂਜਾ ਮੈਂ ਇੰਟਰੋਡਕਸ਼ਨ ਕਰਾਉਣਾ ਚਾਹਾਂਗਾ ਡਾਕਟਰ ਜੋਧ ਸਿੰਘ, ਜੋ ਕਿ ਪ੍ਰੋਫੈਸਰ ਆਫ ਸਿੱਖਿਜ਼ਮ ਹੈਗੇ ਨੇ, ਐਡੀਟਰ ਇਨ ਚੀਫ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਪੰਜਾਬੀ ਯੂਨੀਵਰਸਿਟੀ। ਅਤੇ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਦਸ਼ਮ ਗ੍ਰੰਥ ਦੀ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ। ਕਾਫੀ ਜ਼ਿਆਦਾ ਤਜਰਬਾ ਇਹਨਾਂ ਨੂੰ ਇਸ ਗ੍ਰੰਥ ਬਾਰੇ, ਸ਼ਾਇਦ ਇਹਨਾਂ ਦੀ ਜਿੰਨੀ ਜਾਣਕਾਰੀ ਹੋਰ ਕਿਸੇ ਕੋਲ ਨਾ ਹੋਵੇ। ਤੀਜੇ ਸਾਡੇ ਗੈਸਟ ਅੱਜ ਨੇ ਡਾਕਟਰ ਹਰਪਾਲ ਸਿੰਘ ਪੰਨੂ, ਜੋ ਕਿ ਹੈੱਡ ਹੈਗੇ ਨੇ ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਅਤੇ ਗੁਰੂ ਨਾਨਕ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਇਸ ਡਿਸਕਸ਼ਨ ਵਿੱਚ। ਸ਼ੁਰੂਆਤ ਮੈਂ ਪਹਿਲਾਂ ਜੋਧ ਸਿੰਘ ਜੀ, ਜੋ ਕਿ ਵਿੱਚ ਬੈਠੇ ਨੇ, ਉਹਨਾਂ ਤੋਂ ਕਰਨਾ ਚਾਹਾਂਗਾ। ਜੋਧ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਵੀ ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ, ਹਾਲਾਂਕਿ ਦਸ਼ਮ ਗ੍ਰੰਥ ਨੂੰ ਜਿਸ ਤਰੀਕੇ ਨਾਲ ਐਕਸੈਪਟੈਂਸ ਮਿਲ ਚੁੱਕੀ ਹੈ ਅਕਾਲ ਤਖਤ ਵੱਲੋਂ, ਇਹਦੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੈ। ਲੇਕਿਨ ਉਹਨਾਂ ਦਾ ਕਹਿਣਾ ਕਿ ਕੁਝ ਵੈਸਟਡ ਇੰਟਰਸਟ ਨੇ ਜੋ ਕਿ ਦਰਜਾ ਬਰਾਬਰ ਦਾ ਦੇਣਾ ਚਾਹੁੰਦੇ ਨੇ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ। ਇਹ ਕਿੰਨੀ ਸੱਚਾਈ ਹੈ ਕਿ ਵਾਕਈ ਕੁਝ ਇਹਦੇ ਪਿੱਛੇ ਕੌਨਸਪੀਰੇਸੀ ਆਰਐਸਐਸ ਦੀ ਹੈਗੀ, ਜਿਵੇਂ ਕਿ ਉਹ ਐਟਰੀਬਿਊਟ ਕਰਦੇ ਨੇ? ਨਹੀਂ, ਮੈਨੂੰ ਤਾਂ ਇਹੋ ਹੀ ਲੱਗਦਾ ਕਿ ਬੇਸਿਕ ਵਿੱਚ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਦਸ਼ਮ ਗ੍ਰੰਥ ਦੀ ਲੋੜ ਕੀ ਹੈ, ਇਹ ਵਾਈ ਇਟ ਇਜ਼ ਹੀਅਰ ਵਿਦ ਅਸ। ਤਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਦਸ਼ਮ ਗ੍ਰੰਥ ਦੀ ਲੋੜ ਵਾਕਈ, ਮੈਂ ਵੀ ਜਦੋਂ ਟ੍ਰਾਂਸਲੇਟ ਕਰ ਰਿਹਾ ਸਾਂ, ਅਨੁਵਾਦ ਕਰ ਰਿਹਾ ਸਾਂ, ਇਹਦਾ ਬਨਾਰਸ ਸਾਂ ਜਦੋਂ ਮੈਂ, ਅਤੇ ਮੈਂ ਵੀ ਸੋਚਦਾ ਸਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ, ਅਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਕੰਟੀਨਿਊਟੀ ਦੇ ਵਿੱਚ ਹੀ ਇਹ ਵੀ ਗ੍ਰੰਥ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹ ਵੀ ਵਿਆਖਿਆ ਉਹਨਾਂ ਸਿਧਾਂਤਾਂ ਦੀ ਕਰਦਾ ਹੈ, ਅਤੇ ਫਿਰ ਭਾਈ ਗੁਰਦਾਸ ਜੀ ਤਾਂ ਕਰ ਚੁੱਕੇ ਸਨ ਪਹਿਲਾਂ ਹੀ, ਅਤੇ ਇਹਦੀ ਲੋੜ ਕੀ ਸੀ? ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਭਾਈ ਗੁਰਦਾਸ ਜੀ ਨੇ 8-8 ਲਾਈਨਾਂ, 6-6 ਲਾਈਨਾਂ ਦੀਆਂ ਪੌੜੀਆਂ ਦੇ ਵਿੱਚ ਗੱਲ ਕੀਤੀ ਹੈ ਕਿ ਗੁਰਮੰਤਰ ਕੀ ਹੈ, ਵਾਹਿਗੁਰੂ ਕੀ ਹੈ, ਸਤਸੰਗਤ ਕੀ ਹੈ, ਮਨਮੁੱਖ ਕੀ ਹੈ, ਗੁਰਮੁਖ ਕੀ ਹੈ, ਜਾਂ ਜੇ ਉਹਨਾਂ ਨੇ ਵੇਦਾਂ ਔਰ ਸ਼ਾਸਤਰਾਂ ਦੇ ਰੈਫਰੈਂਸਿਸ ਵੀ ਦਿੱਤੇ ਨੇ, ਅਤੇ ਉਹ 4-4, 6-6 ਲਾਈਨਾਂ, 8-8 ਲਾਈਨਾਂ ਤੋਂ ਵੱਧ ਉਹਨਾਂ ਦੀ ਕੋਈ ਸ਼ਾਇਦ ਪੌੜੀ ਨਾ ਹੋਵੇ। ਦੂਸਰੀ ਗੱਲ ਇਹ ਹੈ ਕਿ ਉਹ ਇੰਨਾ ਸੰਖੇਪ ਨੇ ਕਿ ਉਹਦੇ ਤੋਂ ਪੂਰੀ ਡਿਟੇਲਡ ਵਿਆਖਿਆ ਜਿਹੜੀ ਹੈ ਉਹ ਸ਼ਾਇਦ ਸਾਨੂੰ ਨਹੀਂ ਸਮਝ। ਓਬਜੈਕਸ਼ਨ ਜ਼ਿਆਦਾਤਰ ਦਸ਼ਮ ਗ੍ਰੰਥ ਇਸ ਵਾਸਤੇ ਉੱਠਦੇ ਨੇ, ਕਹਿੰਦੇ ਵੀ ਇਹਦੇ ਵਿੱਚ ਜਿਹੜੇ ਰੈਫਰੈਂਸਿਸ ਨੇ ਕਾਫੀ ਜ਼ਿਆਦਾ ਓਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਬੈਠ ਕੇ ਪੜ੍ਹਿਆ ਨਹੀਂ ਜਾ ਸਕਦਾ। ਕਹਾਣੀਆਂ ਹੈਗੀਆਂ ਨੇ, ਜ਼ਿਕਰ ਕੀਤਾ ਜਾਂਦਾ, ਐਨੈਕਡੋਟਸ ਹੈਗੀਆਂ ਨੇ, ਕਹਾਣੀਆਂ ਹੈਗੀਆਂ ਨੇ, ਜੋ ਕਿ ਆਪਣੇ ਆਪ ਵਿੱਚ, ਜੇ ਉਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹਾਂਗਾ, ਲੇਕਿਨ ਉਹ ਆਪਣੇ ਆਪ ਵਿੱਚ ਓਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਧੀ ਭੈਣਾਂ ਨਾਲ ਬੈਠ ਕੇ ਨਹੀਂ ਸੁਣਿਆ ਜਾ ਸਕਦਾ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਇਹ ਗੱਲ ਜਿਹੜੀ ਹੈ ਤਾਂ ਬਿਲਕੁਲ ਹੀ ਨਿਰਮੂਲ ਇਸ ਕਰਕੇ ਵੀ ਲੱਗਦੀ ਹੈ ਕਿ ਜਿੰਨਾ ਨੰਗੇਜ ਇਸ ਵੇਲੇ ਖਾਸ ਤੌਰ 'ਤੇ ਪੰਜਾਬੀ ਚੈਨਲਾਂ ਦੇ ਉੱਤੇ ਦਿਖਾਇਆ ਜਾ ਰਿਹਾ ਹੈ, ਉਹਦਾ ਤਾਂ ਇਹ ਸੌਵਾਂ ਹਿੱਸਾ ਵੀ ਨਹੀਂ ਹੈ। ਕੰਪੈਰੀਜ਼ਨ ਨਹੀਂ ਨਾ ਹੋ ਸਕਦਾ, ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਟੀਵੀ ਚੈਨਲਾਂ ਦੇ ਨਾਲ, ਤਾਂ ਇਹਦਾ ਆਪਾਂ ਗੱਲ ਕਰ ਰਹੇ ਹਾਂ। ਉਹ ਮਨ ਦੀ ਅਵਸਥਾ ਹੈ ਲੋਕਾਂ ਦੀ, ਇਹ ਤਾਂ ਪੜ੍ਹਨਾ ਹੈ ਔਰ ਉਹਨੂੰ ਤੁਸੀਂ ਕਿਸੇ ਰੈਫਰੈਂਸ ਦੇ ਵਿੱਚ, ਕੰਟੈਕਸਟ ਵਿੱਚ ਸਮਝਣਾ। ਡਾਕਟਰ ਜੋਧ ਸਿੰਘ ਜੀ ਤੋਂ ਮੈਂ ਪੁੱਛਣਾ ਚਾਹਾਂਗਾ, ਇਹ ਜੋ ਮੈਂ ਗੱਲ ਕੀਤੀ ਹੈ, ਹਾਂਜੀ ਪੰਨੂ ਸਾਹਿਬ ਤੋਂ, ਪੰਨੂ ਸਾਹਿਬ ਇਹ ਦੱਸੋ ਵੀ ਇਹ ਜਿਹੜੀ ਗੱਲ ਹੈਗੀ ਵੀ ਇਸ ਕਿਸਮ ਦੇ ਰੈਫਰੈਂਸਿਸ ਨੇ, ਓਬਜੈਕਸ਼ਨੇਬਲ ਨੇ, ਕਹਾਣੀਆਂ ਹੈਗੀਆਂ ਨੇ ਜੋ ਕਿ ਤੁਹਾਡੇ ਸੈਂਸਿਸ ਨੂੰ ਸੂਟ ਕਰਦੀਆਂ ਨੇ, ਉਸ ਕਿਸਮ ਦੀ ਚਰਿੱਤਰ ਕਥਾਵਾਂ ਨਹੀਂ ਹੈਗੀਆਂ ਜੋ ਕਿ ਸ਼ਾਇਦ ਆਪਾਂ ਕਹਿ ਸਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਤੇ ਇਸ ਤਰੀਕੇ ਨਾਲ ਉਹਨਾਂ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ। ਦੇਖੋ, ਜੇ ਆਲੋਚਕ ਨੇ ਆਲੋਚਨਾ ਦੇ ਮਕਸਦ ਨਾਲ ਹੀ ਧਰਮ ਗ੍ਰੰਥਾਂ ਦੀ ਪਰਖ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਇਹ ਇਤਰਾਜ਼ਯੋਗ ਪੰਕਤੀਆਂ ਕੱਢ ਦਿੰਦੇ ਨੇ। ਰਿਗਵੇਦ ਦੇ ਵਿੱਚ ਇਤਰਾਜ਼ਯੋਗ ਕਹਾਣੀਆਂ ਦੱਸੀਆਂ ਜਾਂਦੀਆਂ ਨੇ। ਵੈਦਿਕ ਪਰੰਪਰਾ ਦੇ ਵਿੱਚ, ਪੁਰਾਣ ਕਥਾਵਾਂ ਦੇ ਵਿੱਚ ਕਾਫੀ ਕੁਛ ਅਜਿਹੀ ਸਮੱਗਰੀ ਹੈ ਜਿਹਨੂੰ ਸਮਾਜ ਪ੍ਰਵਾਨ ਨਹੀਂ ਕਰਦਾ। ਲੇਕਿਨ ਦੇਖੀ ਚੈਲੰਜ ਕਰਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਐਸੀ ਚੀਜ਼ ਕੱਢ ਕੇ ਦਿਖਾਓ ਅਤੇ ਦਸ਼ਮ ਗ੍ਰੰਥ ਦੇ ਵਿੱਚ ਜਿਹਦਾ ਕਿ ਵਿਚਾਰ ਤੁਸੀਂ ਘਰਦਿਆਂ ਨਾਲ ਬੈਠ ਕੇ ਕਰ ਸਕਦੇ ਹੋ। ਨਹੀਂ, ਹੁਣ ਜੇ ਆਪਾਂ ਮੀਨਿੰਗ ਇਸ ਤਰੀਕੇ ਨਾਲ ਹੀ ਕੱਢਣੇ ਹੋਣ ਕਿ ਉਹ ਇਤਰਾਜ਼ ਯੋਗ ਲੱਗਣ ਹਰੇਕ ਨੂੰ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੋੜੇ ਮੁੜ ਜਾਏ, ਇਹ ਪੰਕਤੀਆਂ ਨੇ ਜਿਹੜੀਆਂ ਇਹਨਾਂ ਦੇ ਅਰਥ ਉਹ ਵਾਹੀਅਤ ਕਰਦੇ ਨੇ। ਤੋ ਇਹ ਤਰੀਕਾ ਹੈ ਨਹੀਂ, ਪੈਗੰਬਰ
ਦਸਮ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾਹਮਣੇ ਦਿਸਦੇ ਪ੍ਰਤੱਖ ਸੰਸਾਰ ਦੀ ਕਹਾਣੀ ਦੱਸਦੀ ਸਾਨੂੰ, ਯਾਨੀ ਜੇ ਆਪਾਂ ਇਹਨਾਂ ਦਾ ਪ੍ਰੈਕਟੀਕਲ ਪ੍ਰੈਕਟੀਕਲ ਜਿਹੜੇ ਫਰਕ ਰੱਖਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਜੀ ਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੁਰ ਹੈ ਨਾ ਉਹ ਨਿਰੰਕਾਰ ਅਕਾਲ ਪੁਰਖ ਦੀ ਹੈ, ਅਦ੍ਰਿਸ਼ਟ ਅਦਿੱਖ। ਅਤੇ ਦਸਮ ਗ੍ਰੰਥ ਦੀ ਰਚਨਾ ਹੁੰਦੀ ਹੈ ਜਦੋਂ ਇਹਨੂੰ ਆਪਾਂ ਫਲਸਫੇ ਦੇ ਵਿੱਚ ਵੈਨ ਗੋਡ ਐਂਟਰਸ ਇਨ ਟੂ ਹਿਸਟਰੀ, ਠੀਕ ਹੈ। ਤੋ ਇੱਥੇ ਅਸੀਂ ਬੈਠੇ ਹਾਂ ਦੇਖ ਰਹੇ ਹਾਂ ਚਾਰੇ ਪਾਸੇ, ਇਹ ਵੀ ਤਾਂ ਰੱਬ ਦੀ ਕ੍ਰੀਏਸ਼ਨ ਜੀ। ਸੋ ਜਦੋਂ ਰੱਬ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਵਿਚਰਦਾ ਹੈ ਤਾਂ ਉਹ ਜਰਨੈਲ ਵੀ ਹੈ, ਉਹ ਸ਼ਾਇਰ ਵੀ ਹੈ, ਉਹ ਰਾਜਨੀਤੀਵਾਨ ਵੀ ਹੈ। ਅਤੇ ਉਹ ਫਿਰ ਇਹ ਵੀ ਦੱਸਣਾ ਚਾਹੁੰਦੇ ਨੇ ਗੁਰੂ ਮਹਾਰਾਜ, ਕਿਉਂਕਿ ਪਰਫੈਕਟ ਨੇ ਉਹ, ਸਾਨੂੰ ਪਰਫੈਕਟ ਕਰਨਾ ਕਿ ਜੀਵਨ ਦੇ ਵਿੱਚ ਉੱਤਮ ਅਤੇ ਮਾੜੇ ਮਰਦ ਅਤੇ ਔਰਤਾਂ ਹੈ। ਸੋ ਇਹ ਜਿਹੜੀਆਂ ਨੇ ਨਾ ਕਥਾਵਾਂ ਜਿਹਨਾਂ ਨੂੰ ਇਤਰਾਜੋ ਆਖਿਆ ਜਾਂਦਾ, ਇੱਕ ਕਥਾ ਮਾੜੇ ਬੰਦੇ ਮਾੜੀ ਔਰਤ ਦੀ ਸੁਣਾ ਕੇ ਉਹ ਤੋਂ ਬਾਅਦ ਫਿਰ ਤੱਤ ਸਾਰ ਜਿਹੜਾ ਕੱਢਿਆ ਜਾਂਦਾ ਹੈ ਕਿ ਨਤੀਜੇ ਇਹਦੇ ਇਹ ਨਿਕਲਣਗੇ, ਠੀਕ ਹੈ। ਲਾਂਬਾ ਸਾਹਿਬ ਹੈਗੇ ਨੇ ਸੰਖੇਪ ਦੇ ਵਿੱਚ, ਕੀ ਸਮਾਂ ਦੇ ਸਾਡੇ ਬ੍ਰੇਕ ਆਉਣ ਵਾਲੀ ਹੈ। ਬਹੁਤ ਮੈਂ ਤੁਹਾਡੇ ਤੋਂ ਜਾਣਦਾ ਕਿ ਕੀ ਕੀ ਇਹ ਕਿਹਾ ਜਾਂਦਾ ਵੀ ਇਹਦੇ ਲੇਖਕ ਜਿਹੜੇ ਹੈਗੇ ਨੇ ਕੋਈ ਹੋਰ ਹੀ ਸਨ, ਕ੍ਰਿਟਿਕਸ ਕਹਿੰਦੇ ਨੇ ਇਸ ਚੀਜ਼ ਦਾ। ਇਹ ਮੁੱਦਾ ਜਿਹੜਾ ਦਿੱਤਾ ਗਿਆ ਬੜਾ ਇੰਪੋਰਟੈਂਟ ਹੈ, ਇਸ ਨੂੰ ਸਮਝਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਨੂੰ ਸਮਝਣਾ ਪਏਗਾ ਜਿਹੜਾ ਉਹਨਾਂ ਨੇ ਖੁਦ ਕਲਮਬੱਧ ਕੀਤਾ। ਉਹ ਕਹਿੰਦੇ ਹਨ ਕਿ ਰੱਬ ਦਾ ਜਿਹੜਾ ਸਰੂਪ ਹੈ, ਕਤੂ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਸ਼ੁਭ ਵਿਚਾਰਾਂ ਦੇ ਵਿਚਾਰ ਤੇ ਹਰ ਕਿਸੇ ਨੇ ਸੋਝੀ ਮੰਗੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਰਮਾਤਮਾ ਕੋਲੋਂ ਸ਼ੁਭ ਵਿਚਾਰ ਤੇ ਅਵਿਚਾਰ ਦੋਨਾਂ ਦੀ ਵਿਚਾਰ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਤੂ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਹੇ ਪਰਮਾਤਮਾ, ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦੇ ਕੰਸੈਪਟ ਨੂੰ ਵੀ ਕਲੀਅਰ ਕਰ। ਯਾਨੀ ਕਿ ਤੁਸੀਂ ਕਹਿ ਰਹੇ ਹੋ ਨੈਗੇਟਿਵਿਟੀ ਦਾ ਜਿਹੜਾ ਕੰਸੈਪਟ ਹੈਗਾ, ਨੈਗੇਟਿਵਿਟੀ ਦਾ, ਅੱਜ ਜੇਕਰ ਉਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਤੋਂ ਦੂਸਰੇ ਢੰਗ ਨਾਲ ਕਿਹਾ ਗਿਆ, ਕੁਚੱਜੀ ਤੇ ਸੁਚੱਜੀ, ਠੀਕ ਹੈ ਜੀ, ਉਸ ਦੇ ਵਿੱਚ ਵੀ ਉਸ ਉਹਨਾਂ ਨੇ ਸੁਹਾਗਣ ਤੇ ਦੁਹਾਗਣ ਦਾ ਕਨਸੈਪਟ ਬਾਰ ਬਾਰ ਆਇਆ ਹੈ। ਇਸ ਗੁਰਮੁਖ ਤੇ ਮਨਮੁਖ ਦਾ ਕਨਸੈਪਟ ਆਇਆ ਹੈ, ਇਸ ਚੀਜ਼ ਨੂੰ ਸਮਝਣ ਲਈ ਇਹਦੇ ਚ ਮੈਂ ਇੱਕ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ, ਇੱਕ ਲਾਈਨ ਦੇ ਵਿੱਚ, ਬਿਲਕੁਲ ਇਸ ਦੇ ਚ ਇੱਕ ਲਾਈਨ ਜਿਹੜੀ ਜਿਹੜੇ ਕੁਛ ਲਫ਼ਜ਼ ਇਹਦੇ ਤੇ ਇਤਰਾਜ਼ ਕੀਤੇ ਜਾਂਦੇ। ਮੈਂ ਲਾਂਬਾ ਜੀ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ, ਕਿਉਂਕਿ ਗੱਲ ਲੰਬੀ ਜਾ ਰਹੀ ਹੈ, ਇੱਕ ਛੋਟਾ ਕਮਰਸ਼ੀਅਲ ਬ੍ਰੇਕ, ਬ੍ਰੇਕ ਤੋਂ ਬਾਅਦ ਉਹ ਲਫ਼ਜ਼ਾਂ ਦੀ ਉਹ ਇਤਰਾਜ਼ਯੋਗ ਜਿਹੜੀ ਰੈਫਰੈਂਸਿਸ ਉਹਨਾਂ ਦੀ ਗੱਲ ਕਰਾਂਗੇ। ਅਤੇ ਇੱਕ ਇੱਕ ਚੀਜ਼ ਇਸ ਗੱਲ ਨੂੰ ਲੈ ਕੇ ਹੋਰ ਵੀ ਆਉਂਦੀ ਹੈ, ਦਸਮ ਗ੍ਰੰਥ ਨੂੰ ਇਸ ਉੱਤੇ ਇਹਦੇ ਓਰੀਜਨ ਬਾਰੇ ਕਾਫੀ ਕਿਸਮ ਦੇ ਪਰਮ ਹੈਗੇ ਨੇ ਜਿਨ੍ਹਾਂ ਉੱਤੇ ਕਿ ਜਨਤਾ ਜਾਣਨਾ ਚਾਹੁੰਦੀ ਹੈ, ਲੋਕ ਜਾਣਨਾ ਚਾਹੁੰਦੇ ਨੇ, ਉਸ ਉੱਤੇ ਗੱਲਬਾਤ ਸਾਡੀ ਬ੍ਰੇਕ ਤੋਂ ਬਾਅਦ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਹਦੇ ਜਾਰੀ ਰਹੇਗਾ। ਸਾਡੀ ਗੱਲਬਾਤ ਚੱਲਦੀ ਹੈ ਖਬਰਸਾਰ ਪ੍ਰੋਗਰਾਮ ਵਿੱਚ, ਦਸਮ ਗ੍ਰੰਥ ਜਿਸ ਨੂੰ ਲੈ ਕੇ ਕਿ ਕਾਫੀ ਜ਼ਿਆਦਾ ਕੰਟਰੋਵਰਸੀ ਪਹਿਲਾਂ ਰਹੀ, ਹਾਲਾਂਕਿ ਇਹ ਦਸਮ ਗ੍ਰੰਥ ਨੂੰ ਐਕਸੈਪਟੈਂਸ ਪੂਰੀ ਤਰ੍ਹਾਂ ਨਾਲ ਮਿਲ ਚੁੱਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਲੇਕਿਨ ਅਜੇ ਵੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਇਹ ਮੰਨਣਾ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ, ਜੋ ਕਿ ਕਿਤੇ ਸ਼ਾਇਦ ਹੋ ਵੀ ਨਹੀਂ ਰਹੀ ਹੈ। ਲੇਕਿਨ ਕ੍ਰਿਟਿਕਸ ਇਹ ਗੱਲ ਮੰਨਦੇ ਨੇ ਵੀ ਇੱਕ ਐਸੀ ਰਾਈਟਿੰਗ ਹੈਗੀ ਹੈ ਜਿਸ ਵਿੱਚ ਕਈ ਓਬਜੈਕਸ਼ਨੇਬਲ ਚੀਜ਼ਾਂ ਨੇ ਜੋ ਕਿ ਸ਼ੋਭਦੀਆਂ ਨਹੀਂ ਹੈਗੀਆਂ, ਅਤੇ ਇਹਦੇ ਓਰੀਜਨ ਨੂੰ ਲੈ ਕੇ ਵੀ ਕਈ ਕਿਸਮ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ। ਗੁਰਚਰਨਜੀਤ ਸਿੰਘ ਲਾਂਬਾ ਜੀ, ਐਡੀਟਰ ਸੰਤ ਸਿਪਾਹੀ ਤੋਂ ਗੱਲਬਾਤ ਸ਼ੁਰੂ ਕਰਦੇ। ਲਾਂਬਾ ਸਾਹਿਬ ਜੀ, ਓਬਜੈਕਸ਼ਨ ਰੈਫਰੈਂਸ ਦੀ ਗੱਲ ਕਰ ਰਹੇ ਸੀ, ਐਸੀ ਕੀ ਚੀਜ਼ਾਂ ਹੈਗੀਆਂ ਨੇ ਜੋ ਕਿ ਸਮਝਦੇ ਨੇ ਕ੍ਰਿਟਿਕਸ ਵੀ ਇਹ ਚੀਜ਼ ਨਹੀਂ ਐਕਸੈਪਟ ਨਹੀਂ ਕੀਤੀ ਜਾ ਸਕਦੀ, ਘਰੇ ਬੈਠੇ ਅਸੀਂ ਪੜ੍ਹ ਨਹੀਂ ਸਕਦੇ, ਵਿਚਾਰ ਨਹੀਂ ਕਰ ਸਕਦੇ, ਫੈਮਿਲੀ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ, ਬਿਲਕੁਲ ਠੀਕ ਹੈ। ਹੁਣ ਇਸ ਵਿੱਚ ਮੈਂ ਸਿਰਫ ਇੱਕ ਤੁਹਾਨੂੰ ਲਫ਼ਜ਼ ਦੇਣਾ ਚਾਹਾਂਗਾ ਜਿਹੜਾ ਕਿ ਬਹੁਤ ਅਹਿਮ ਹੈ, ਕਿ ਇੱਕ ਇਤਰਾਜ਼ ਜੋ ਦਸਮ ਗ੍ਰੰਥ ਦੀ ਇੱਕ ਤੁੱਕ ਹੈ, ਇੱਕ ਛੰਦ ਹੈ 244 ਚਰਿੱਤਰ ਦੇ ਵਿੱਚ, ਉਹ ਚਾਰ ਤੁੱਕਾਂ ਦਾ ਇੱਕ ਛੰਦ ਹੈ, ਉਹਦੇ ਅਖੀਰ ਵਿੱਚ ਉਸਨੂੰ ਕਲੋਜ਼ਿੰਗ ਜਿਹੜਾ ਕੀਤਾ ਗਿਆ ਉਹ 20 ਨੰਬਰ ਦਾ ਛੰਦ ਹੈਗਾ। ਹੁਣ ਉਹ ਇੱਕ ਸੰਵਾਦ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਕੰਕਰੀਟ ਐਗਜ਼ਾਮਪਲ ਦੇਣਾ ਚਾਹੁੰਦਾ, ਮੈਂ ਉਹ ਜਾਣਾ ਚਾਹਾਂਗਾ ਕਿ ਸਮਾਂ ਸਾਡੇ ਕੋਲ ਥੋੜਾ ਲਿਮਿਟ ਹੋ ਰਿਹਾ ਹੈ, ਮੈਂ ਦੇਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਆਂਦਾ ਹੈ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ, ਹੁਣ ਕੱਲ ਨੂੰ ਕਵੇ ਜੀ ਕਿ ਰਾਮ ਨੂੰ ਕਿਉਂ ਨਹੀਂ ਛੱਡ ਦਿੰਦਾ, ਪਰ ਇਹ ਨਹੀਂ ਹੈ। ਇਹਦੇ ਵਿੱਚ ਚਾਰ ਤੁੱਕਾਂ ਦਾ ਇੱਕ ਲਫ਼ਜ਼ ਹੈ, ਜਿਵੇਂ ਮੈਂ ਸ਼ੁਰੂ 'ਚ ਕੀਤਾ, ਗੁਰੂ ਸਾਹਿਬ ਕਹਿੰਦੇ ਨਿਜ ਨਾਰ ਤੇ ਪਰ ਨਾਰ ਦਾ ਕਨਸੈਪਟ ਸਮਝਾ ਦਿਓ। ਉਹ ਚਾਰ ਤੁੱਕਾਂ ਹਨ, ਪਹਿਲੀ ਲਾਈਨ ਹੈ ਕਿ ਕਾਮਾ ਤੁਰ ਹੋ ਜੋ ਤ੍ਰੀਏ ਪੁਰਖ ਪ੍ਰਤ ਆਵੀ ਘੋਰ ਨਰਕ ਮੈਂ ਪਰੇ ਜੋ ਤਾਹੇ ਨਰਾਵਹੀ। ਜੇ ਕੋਈ ਇਸਤਰੀ ਕਾਮ ਅਧੀਨ ਪੁਰਸ਼ ਕੋਲ ਆਉਂਦੀ ਹੈ, ਨਿਜ ਨਾਰ ਦੀ ਕਨਸੈਪਟ ਦੀ ਗੱਲ ਕਰ ਰਹੇ ਹੈ, ਅਤੇ ਅਗਰ ਉਸਨੂੰ ਨਹੀਂ ਮਿਲਦਾ ਤਾਂ ਉਹ ਨਰਕ ਜਾਏਗਾ। ਇਸ ਦੇ ਨਾਲ ਹੀ ਇਸਦਾ ਜਵਾਬ ਹੈ ਕਿ ਜੋ ਪਰ ਤ੍ਰੀਏ ਪਰ ਸੇਜ ਭਜਤ ਹੈ ਜਾਏ ਕਰ ਹੋ ਪਾਪ ਕੁੰਡ ਮੈਂ ਪਰੇ ਸੁਪਾਏ ਤਾਏ ਕਰ। ਜੇ ਪਰ ਨਾਰੀ ਦੇ ਨਾਲ ਅਡਲਟਰੀ ਅਗਰ ਕਰਦਾ, ਉਸਨੂੰ ਇੱਕ ਸੈਕਿੰਡ ਵੀ ਨਹੀਂ ਲੱਗੇਗਾ ਉਸ ਨਰਕ ਵਿੱਚ ਜਾਣ ਲੱਗਿਆ, ਨਿਜ ਨਾਰ ਦਾ ਔਰ ਪਰ ਨਾਰ ਦਾ ਕਨਸੈਪਟ ਦੇ ਦਿੱਤਾ। ਹੁਣ ਇੱਕ ਜਿਹੜੇ ਆਪਣੇ ਆਪ ਨੂੰ ਗੁਰਨਾ ਮਿਸ਼ਨਰੀ ਕਹਿੰਦੇ ਆ, ਉਹਨਾਂ ਨੇ ਲਿਟਰੇਚਰ ਛਾਪਿਆ, ਚਾਰ ਲਾਈਨਾਂ ਦੇ ਵਿੱਚੋਂ ਪਹਿਲੀਆਂ ਦੋ ਲਾਈਨਾਂ ਛਾਪ ਦਿੱਤੀਆਂ ਔਰ ਅਖੀਰਲੀਆਂ ਦੋ ਲਾਈਨਾਂ ਛੱਡ ਦਿੱਤੀਆਂ, ਉੱਥੇ ਹੀ ਕਲੋਜ਼ਿੰਗ ਦੋ ਲਾਈਨਾਂ 'ਚ ਕਰ ਦਿੱਤੀ। ਇਹ ਨਿਰੀ ਸ਼ਰਾਰਤ ਹੈ, ਇਸ ਤੋਂ ਵੱਧ ਕੁਛ ਨਹੀਂ। ਪਰ ਇਸ ਦੇ ਨਾਲ ਹੀ ਇੱਕ ਲਫ਼ਜ਼ ਸਰ ਹੋਰ ਬਹੁਤ ਇੰਪੋਰਟੈਂਟ ਹੈਗਾ ਅੱਗੇ ਗੱਲ ਕਿ ਮੈਂ, ਹਾਂਜੀ, ਉਹਦੇ ਵਿੱਚ ਇਹ ਹੈਗਾ, ਇਹਨਾਂ ਨੇ ਇਹ ਸਾਰਾ ਕੁਛ ਛਾਪਣ ਤੋਂ ਬਾਅਦ ਲਿਖ ਦਿੱਤਾ, ਜਿਹੜੀ ਗੁਰੂ ਨਿੰਦਾ ਦਾ ਇਹਨਾਂ ਦਾ ਮਕਸਦ
ਨਾਲ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਮਾਨਤਾ ਦੇ ਦਿੱਤੀ, ਨਾਲ ਕਹਿੰਦੇ ਇਹਨਾਂ ਰਚਨਾਵਾਂ ਦੇ ਪ੍ਰਤੀ ਗੁਰੂ ਸਾਹਿਬ ਨੇ ਇਹ ਡਿਕਲੇਅਰ ਕਰਤਾ, ਲੋਕਾਂ 'ਚ ਮਸ਼ਹੂਰ ਕਰਤਾ ਮੇਰੀ ਰਚਨਾ। ਦਰਅਸਲ ਇਹਨਾਂ ਵਿੱਚੋਂ ਕਿਸੇ ਨੇ ਵੀ ਦਸਮ ਗ੍ਰੰਥ ਨੂੰ ਦੇਖਿਆ ਨਹੀਂ, ਨਾ ਹੀ ਪੜ੍ਹਿਆ, ਇਹਨਾਂ ਨੂੰ ਇੰਨੇ ਵੀ ਨਹੀਂ ਪਤਾ।